ਆਪਾਂ ਸਾਰੇ ਜਾਣਦੇ ਹਾਂ ਕਿ ਇਨਸਾਨ ਦਾ ਜਿਹੜਾ ਬੂਟਿਆਂ ਨਾਲ ਪੇੜ ਪੌਦਿਆਂ ਨਾਲ ਰਿਸ਼ਤਾ ਹੈ ਉਹ ਬਹੁਤ ਪੁਰਾਤਨ ਸਮੇਂ ਤੋਂ ਹੈ ਔਰ ਆਮ ਤੌਰ 'ਤੇ ਕਿਹਾ ਜਾਂਦਾ ਕਿ ਬੰਦਿਆਂ ਦਾ ਜਿਹੜਾ ਪਿਛੋਕੜ ਰਿਹਾ ਉਹ ਜੰਗਲਾਂ ਦੇ ਨਾਲ ਸੰਬੰਧਿਤ ਰਿਹਾ ਜੰਗਲੀ ਜੀਵ ਜੰਤੂਆਂ ਨਾਲ ਸੰਬੰਧਿਤ ਰਿਹਾ ਔਰ ਸ਼ਾਇਦ ਇਸੇ ਤਰ੍ਹਾਂ ਦੀ ਇੱਕ ਅੰਦਰ ਉਹਨਾਂ ਦੇ ਵਿੱਚ ਇਨਸਾਨ ਦੇ ਵਿੱਚ ਇੱਕ ਕਰੇਵਿੰਗ ਹੈ ਕਿ ਜਿੱਥੇ ਕਿਤੇ ਵੀ ਇਸਨੇ ਵਾਸ ਕਰਨਾ ਜਿੱਥੇ ਕਿਤੇ ਵੀ ਰਹਿਣਾ ਚਾਹੇ ਆਪਾਂ ਘਰਾਂ 'ਚ ਰਹਿੰਦੇ ਹਾਂ ਉੱਥੇ ਵੀ ਸਾਨੂੰ ਲੱਗਦਾ ਕਿ ਸਾਡੇ ਕੋਲ ਕੋਈ ਨਾ ਕੋਈ ਬੂਟੇ ਹਰਿਆਵਲ ਵਾਲੇ ਹੋਣ ਹੁਣ ਜਦੋਂ ਆਪਾਂ ਬੂਟਿਆਂ ਦੀ ਗੱਲ ਕਰਦੇ ਹਾਂ ਕਿ ਪਰਮਾਤਮਾ ਨੇ ਬੂਟਿਆਂ ਨੂੰ ਇੱਕ ਵਿਸ਼ੇਸ਼ ਤਰ੍ਹਾਂ ਦੇ ਨਾਲ ਇੱਕ ਰਹਿਮਤ ਕੀਤੀ ਹੈ ਕਿ ਬੂਟਿਆਂ ਦੇ ਵਿੱਚ ਹਰਾ ਪਦਾਰਥ ਹੈ ਜਿਸ ਨੂੰ ਆਪਾਂ ਕਲੋਰੋਫਿਲ ਕਹਿੰਦੇ ਹਾਂ ਉਹ ਹਰਾ ਪਦਾਰਥ ਕੀ ਕਰਦਾ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਉਹ ਭੋਜਨ ਪੈਦਾ ਕਰਦਾ ਔਰ ਉਸ ਭੋਜਨ ਦੇ ਨਾਲ ਇਨਸਾਨੀਅਤ ਕੀ ਸਾਰੀ ਦੁਨੀਆਂ ਨੂੰ ਖਾਣ ਨੂੰ ਸਭ ਕੁਛ ਲੱਭਦਾ ਜੇਕਰ ਬੂਟੇ ਨਾ ਹੋਣ ਤਾਂ ਮੈਂ ਸਮਝਦਾ ਕਿ ਅਸੀਂ ਨਾ ਅਨਾਜ ਖਾ ਸਕਦੇ ਹਾਂ ਨਾ ਸਾਡਾ ਆਲਾ ਦੁਆਲਾ ਜਿਹੜਾ ਹੈ ਉਹ ਚੰਗੇਰਾ ਹੋ ਸਕਦਾ ਅਤੇ ਇਸ ਕਰਕੇ ਬੂਟਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਵਿਸ਼ੇਸ਼ ਮਹੱਤਵ ਹੈਗਾ ਆਪਾਂ ਕਹਿੰਦੇ ਹਾਂ ਕਿ ਜਿਹੜੇ ਪਲਾਂਟਸ ਹੈਗੇ ਆ ਉਹਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਪਲਾਂਟਸ ਐਡ ਈਅਰਸ ਟੂ ਅਵਰ ਲਾਈਫ ਐਂਡ ਪਲਾਂਟਸ ਲਾਈ ਐਡ ਲਾਈਫ ਟੂ ਅਵਰ ਈਅਰਸ ਅਤੇ ਜੇ ਆਪਾਂ ਆਪਣੀ ਲੰਬੇਰੀ ਉਮਰ ਕਰਨੀ ਹੈ ਤਾਂ ਸਾਨੂੰ ਬੂਟਿਆਂ ਤੋਂ ਬਹੁਤ ਜ਼ਿਆਦਾ ਸਾਥ ਜਿਹੜਾ ਉਹ ਮਿਲਦਾ ਆਪਾਂ ਘਰਾਂ 'ਚ ਕਈ ਤਰ੍ਹਾਂ ਦੇ ਬੂਟੇ ਰੱਖਦੇ ਹਾਂ ਆਪਾਂ ਆਪਣੇ ਘਰਾਂ ਦੀ ਸ਼ੋਭਾ ਵਾਸਤੇ ਬਹੁਤ ਸਾਰੇ ਬੂਟੇ ਰੱਖਦੇ ਹਾਂ ਇੱਕ ਤਾਂ ਬੂਟੇ ਸਾਡੀ ਘਰਾਂ ਦੀ ਦਿੱਖ ਨੂੰ ਬਹੁਤ ਸੋਹਣਾ ਬਣਾ ਦਿੰਦੇ ਆ ਸਾਡਾ ਮੂਡ ਜਿਹੜਾ ਉਹ ਸੈੱਟ ਹੋ ਜਾਂਦਾ ਉਹਨਾਂ ਨੂੰ ਦੇਖ ਕੇ ਔਰ ਬੂਟਿਆਂ ਦੇ ਨਾਲ ਸਾਡਾ ਆਲਾ ਦੁਆਲਾ ਸਾਡੀ ਸੋਚਣ ਸ਼ਕਤੀ ਸਾਡੀ ਸਾਈਕੋਲੋਜੀ ਉਸ ਦੇ ਉੱਤੇ ਬਹੁਤ ਪੋਜ਼ਿਟਿਵ ਅਸਰ ਪੈਂਦਾ ਔਰ ਬਹੁਤ ਸਾਰੇ ਬੂਟੇ ਐਸੇ ਹੈ ਕਿ ਰਾਤ ਨੂੰ ਜਿਸ ਵੇਲੇ ਬੂਟੇ ਹੁੰਦੇ ਆ ਅਤੇ ਕੁਛ ਬੂਟੇ ਜਿਹੜੇ ਆ ਉਹ ਕਾਰਬਨ ਡਾਈਆਕਸਾਈਡ ਛੱਡਦੇ ਆ ਕੁਛ ਬੂਟੇ ਜਿਹੜੇ ਆ ਆਕਸੀਜਨ ਛੱਡਦੇ ਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਾਰਬਨ ਡਾਈਆਕਸਾਈਡ ਔਰ ਸੂਰਜ ਦੀ ਰੋਸ਼ਨੀ ਦੇ ਨਾਲ ਫੋਟੋਸਿੰਥੇਸਿਸ ਜਿਹਨੂੰ ਪ੍ਰਕਾਸ਼ ਸੰਸਲੇਸ਼ਨ ਕਹਿੰਦੇ ਆ ਉਹਦੇ ਨਾਲ ਉਹ ਭੋਜਨ ਬਣਾਉਂਦੇ ਆ ਔਰ ਭੋਜਨ ਸਾਨੂੰ ਖਾਣ ਨੂੰ ਮਿਲਦਾ ਔਰ ਕਾਰਬਨ ਡਾਈਆਕਸਾਈਡ ਜੇ ਬੂਟੇ ਨਾ ਯੂਜ਼ ਕਰਦੇ ਹੋਣ ਤਾਂ ਇੱਥੇ ਬਹੁਤ ਸਾਰੀ ਕਾਰਬਨ ਡਾਈਆਕਸਾਈਡ ਹੋ ਜਾਏ ਜਿਹਦੇ ਨਾਲ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਏ ਔਰ ਸਾਡਾ ਰਹਿਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਏ ਔਰ ਇਸੇ ਤਰ੍ਹਾਂ ਹੀ ਬੂਟੇ ਜਿਹੜੇ ਹੈ ਉਹ ਕੁਛ ਬੂਟੇ ਐਸੇ ਹੈ ਜਿਹਨਾਂ ਦੇ ਵਿੱਚ ਆਕਸੀਜਨ ਜ਼ਿਆਦਾ ਨਿਕਲਦੀ ਹੈ ਉਹਨਾਂ ਨੂੰ C4 ਪਲਾਂਟਸ ਕਿਹਾ ਜਾਂਦਾ ਕ੍ਰਾਸੂਲੇਸੀਅਨ ਏਸਿਡ ਮੈਟਾਬੋਲਿਜ਼ਮ ਪਲਾਂਟਸ ਆਪਾਂ ਆਮ ਕਹਿੰਦੇ ਹਾਂ ਕਿ ਪਿੱਪਲ ਦੇ ਥੱਲੇ ਜਿਹੜਾ ਹੈਗਾ ਪਿੱਪਲ ਇੱਕ ਐਸਾ ਬੂਟਾ ਹੈ ਜਿਸ ਦੇ ਜਿਹੜੇ ਪੱਤੇ ਇਸ ਤਰ੍ਹਾਂ ਦੇ ਹੈ ਕਿ ਪੱਤੇ ਦੀ ਜਿਹੜੀ ਡੰਡੀ ਹੈ ਉਹ ਇਸ ਤਰ੍ਹਾਂ ਲੰਬੀ ਹੈ ਔਰ ਜਦੋਂ ਹਵਾ ਚੱਲਦੀ ਹੈ ਤਾਂ ਪੱਤੇ ਉਹ ਹਿਲਜੁਲ ਕਰਦੇ ਆ ਅਤੇ ਹਵਾ ਨੂੰ ਬਹੁਤ ਜ਼ਿਆਦਾ ਛੱਡਦੇ ਆ ਇਹ ਦਿਨ ਨੂੰ ਵੀ ਇਸ ਤਰ੍ਹਾਂ ਹੁੰਦਾ ਰਾਤ ਨੂੰ ਵੀ ਇਸ ਤਰ੍ਹਾਂ ਹੁੰਦਾ ਪਿੱਪਲ ਹੋਇਆ ਬੋਹੜ ਹੋਇਆ ਪੀਲਕਨ ਹੋਇਆ ਹੋਰ ਇਸ ਤਰ੍ਹਾਂ ਦੇ ਬੂਟੇ ਜਿਹੜੇ ਆ ਉਹਨਾਂ ਦੇ ਥੱਲੇ ਆਪਾਂ ਜਦੋਂ ਬਹਿੰਦੇ ਹਾਂ ਤਾਂ ਸਾਨੂੰ ਆਕਸੀਜਨ ਮਿਲਦੀ ਹੈ ਉਹ ਤਾਂ ਖੈਰ ਬਾਹਰ ਘਰਾਂ ਦੇ ਅੰਦਰ ਨਹੀਂ ਲਾਏ ਜਾ ਸਕਦੇ ਬਾਹਰ ਲਾਏ ਜਾ ਸਕਦੇ ਆ ਘਰਾਂ ਦੇ ਅੰਦਰ ਕਈ ਤਰ੍ਹਾਂ ਦੇ ਇਨਡੋਰ ਪਲਾਂਟਸ ਲਾਏ ਜਾਂਦੇ ਆ ਰਬੜ ਪਲਾਂਟਸ ਲਾਇਆ ਜਾਂਦਾ ਮਨੀ ਪਲਾਂਟ ਲਾਇਆ ਜਾਂਦਾ ਕਈ ਤਰ੍ਹਾਂ ਦੇ ਜਿਹੜੇ ਪਾਮਸ ਹੈਗੇ ਆ ਉਹਨਾਂ ਨੂੰ ਲਾਇਆ ਜਾਂਦਾ ਔਰ ਅੱਜ ਕੱਲ੍ਹ ਦੇਖਿਆ ਗਿਆ ਕਿ ਇੱਕ ਸੈਂਸੇਵੇਰੀਆ ਨਾਂ ਦਾ ਪਲਾਂਟ ਹੈ ਜਿਸ ਨੂੰ ਨਾਗਨ ਵੀ ਕਹਿੰਦੇ ਆ ਔਰ ਉਹਦੇ ਪੱਤੇ ਆਮ ਤੌਰ ਦੇ ਉੱਤੇ ਸਾਰੇ ਆਪਾਂ ਜਾਣਦੇ ਹਾਂ ਕਿ ਤਾਂ ਨੂੰ ਖੜ੍ਹੇ ਹੁੰਦੇ ਆ ਔਰ ਉਹ ਬੂਟੇ ਜਿਹੜੇ ਆ ਉਹ ਗਮਲੇ ਵਿੱਚ ਵੀ ਲੱਗ ਸਕਦੇ ਆ ਫਲੈਟਸ ਵਿੱਚ ਵੀ ਲੱਗ ਸਕਦੇ ਆ ਕਿਆਰੀ ਦੇ ਵਿੱਚ ਵੀ ਲੱਗ ਸਕਦੇ ਆ ਉਹ ਬੂਟੇ ਜਿਸ ਵੇਲੇ ਆਪਾਂ ਅੰਦਰ ਰੱਖਦੇ ਹਾਂ ਰੂਮ ਦੇ ਵਿੱਚ ਰੱਖਦੇ ਹਾਂ ਤਾਂ ਕਿਹਾ ਜਾਂਦਾ ਕਿ ਉਹ ਬੂਟੇ 24 ਆਵਰਸ ਜਿਹੜੀ ਆਕਸੀਜਨ ਛੱਡਦੇ ਆ ਇਹੋ ਜਿਹੇ ਬੂਟੇ ਜਿਹੜੇ ਆ ਸਾਡੇ ਲਈ ਬਹੁਤ ਸਹਾਈ ਹੈ ਇਹੋ ਜਿਹੇ ਬੂਟਿਆਂ ਨੂੰ ਸਾਨੂੰ ਘਰਾਂ ਦੇ ਵਿੱਚ ਥਾਂ ਦੇਣੀ ਚਾਹੀਦੀ ਹੈ ਔਰ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਇਸ ਤਰ੍ਹਾਂ ਦਾ ਕਿ ਇੱਕ ਪ੍ਰਦੂਸ਼ਣ ਦੇ ਦੌਰ 'ਚੋਂ ਆਪਾਂ ਲੰਘ ਰਹੇ ਹਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਇੰਡਸਟਰੀ ਅਰਬਨਾਈਜੇਸ਼ਨ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੀ ਗਤੀਵਿਧੀਆਂ ਚਾਹੇ ਉਹ ਟ੍ਰੈਫਿਕ ਹੈ ਚਾਹੇ ਉਹ ਆਟੋਮੋਬਾਈਲਸ ਹੈਗੇ ਆ ਕਾਰਾਂ ਹੈਗੀਆਂ ਔਰ ਲਾਰੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਧੂੰਆਂ ਜਿਹੜਾ ਨਿਕਲਦਾ ਉਹਦੇ ਨਾਲ ਕਈ ਤਰ੍ਹਾਂ ਦਾ ਜਿਹੜਾ ਪ੍ਰਦੂਸ਼ਣ ਹੁੰਦਾ ਇਹ ਪ੍ਰਦੂਸ਼ਣ ਦਾ ਸਾਡੇ ਬੱਚਿਆਂ ਦੇ ਉੱਤੇ ਸਾਡੇ ਬਜ਼ੁਰਗਾਂ ਦੇ ਉੱਤੇ ਸਾਡੇ ਸਾਹ ਲੈਣ ਦੀ ਕਿਰਿਆ ਦੇ ਵਿੱਚ ਔਰ ਕਈਆਂ ਨੂੰ ਸਕਿਨ ਦੇ ਉੱਤੇ ਕਈ ਤਰ੍ਹਾਂ ਦੀ ਰੈਸ਼ਿਸ ਹੋ ਜਾਂਦੇ ਆ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਆ ਇਸ ਪ੍ਰਦੂਸ਼ਣ ਦੇ ਨਾਲ ਅਤੇ ਜੇਕਰ ਹਰਿਆ ਭਰਿਆ ਆਪਾਂ ਵਾਤਾਵਰਨ ਬਣਾਈਏ ਕਲੀਨ ਐਂਡ ਗ੍ਰੀਨ ਇਨਵਾਇਰਮੈਂਟ ਆਲਾ ਦੁਆਲਾ ਆਪਾਂ ਬਣਾਈਏ ਬੂਟਿਆਂ ਨੂੰ ਆਪਣੇ ਘਰਾਂ ਦੇ ਵਿੱਚ ਥਾਂ ਦੇਈਏ ਸਾਡੇ ਜਿੱਥੇ ਅਸੀਂ ਵਿਚਰਨਾ ਜਿੱਥੇ ਪੜ੍ਹਨਾ ਲਿਖਣਾ ਜਿੱਥੇ ਅਸੀਂ ਕੰਮਕਾਰ ਕਰਨਾ ਜੇ ਉੱਥੇ ਆਪਾਂ ਬੂਟੇ ਲਾਵਾਂਗੇ ਔਰ ਉਹ ਬੂਟੇ ਲਾਵਾਂਗੇ ਜਿਹੜੇ ਜ਼ਿਆਦਾ ਆਕਸੀਜਨ ਦਿੰਦੇ ਆ ਤਾਂ ਮੈਂ ਸਮਝਦਾ ਕਿ ਇਹਦੇ ਨਾਲ ਸਾਡਾ ਇਨਵਾਇਰਮੈਂਟ ਦੇ ਵਿੱਚ ਸੁਧਾਰ ਹੋਵੇਗਾ ਸਾਡਾ ਜੀਵਨ ਜਿਹੜਾ ਸੁਖਾਵਾਂ ਬਣੇਗਾ ਸਾਨੂੰ ਆਕਸੀਜਨ ਮਿਲੇਗੀ ਔਰ ਅਸੀਂ ਸੁੱਖ ਦਾ ਸਾਹ ਲੈ ਸਕਾਂਗੇ ਤਾਂ ਮੈਂ ਸਮਝਦਾ ਕਿ ਉਹਨਾਂ ਬੂਟਿਆਂ ਨੂੰ ਹਮੇਸ਼ਾ ਹੀ ਸਾਨੂੰ ਤਰਜੀਹ ਦੇਣੀ ਚਾਹੀਦੀ ਹੈ ਬੂਟੇ ਸਾਡੇ ਪੱਕੇ ਸਾਥੀ ਹੈ ਅਸੀਂ ਵੀ ਬੂਟਿਆਂ ਦਾ ਸਾਥ ਦਈਏ ਬੂਟਿਆਂ ਨੂੰ ਅਸੀਂ ਨਰਚਰ ਕਰੀਏ ਬੂਟੇ ਸਾਡਾ ਖਿਆਲ ਰੱਖਣਗੇ ਇਸ ਦੇ ਨਾਲ ਸਾਡਾ ਜਿਹੜਾ ਰਹਿਣਾ ਹੈ ਉਹ ਬਹੁਤ ਸੁਖਾਵਾਂ ਹੋ ਸਕੇਗਾ।